ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਿਸਾਨਾਂ ਦਾ ਸੰਘਰਸ਼ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਹੈ ਤੇ ਇਸ ਸੰਘਰਸ਼ ਇਸ ਕਿਸਾਨੀ ਅੰਦੋਲਨ ਦੇ ਚੱਲਦੇ ਹੋਏ ਕਿਸਾਨਾਂ ਨੂੰ ਆਮ ਲੋਕਾਂ ਨੂੰ ਇਥੋਂ ਤੱਕ ਕਿ ਪੱਤਰਕਾਰਾਂ ਨੂੰ ਵੀ ਬਹੁਤ ਕੁਝ ਦੇਖਣਾ ਸਹਿਣਾ ਪਿਆ ਹੈ। ਪੁਲਿਸ ਦੇ ਵੱਲੋਂ ਕਈ ਐਫ ਆਈ ਆਰ ਦਰਜ ਕਰ ਦਿੱਤੀਆਂ ਗਈਆਂ ਨੇ, ਕਈ ਨੌਜਵਾਨਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਪਰਚ ਦਰਜ ਕਰ ਦਿੱਤੇ ਗਏ ਨੇ, ਕਈ ਐਲਾਨ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਨੇ। ਧਰਨਿਆਂ ਦੇ ਉੱਤੇ ਲਗਾਤਾਰ ਕਈ ਮਹੀਨਿਆਂ ਤੋਂ ਬੈਠੇ ਨੇ, ਠੰਡ ਅੱਤ ਦੀ ਠੰਡ ਦੇ ਵਿੱਚ ਵੀ ਬੈਠੇ ਨੇ, ਭਾਵੇਂ ਕਿ ਹੁਣ ਠੰਡ ਦਾ ਸੀਜ਼ਨ ਜਾ ਰਿਹਾ ਹੈ, ਗਰਮੀ ਆ ਰਹੀ ਹੈ ਅਤੇ ਇਸੇ ਦੇ ਦੌਰਾਨ ਕਿਸਾਨ ਆਗੂਆਂ ਦੇ ਵੱਲੋਂ ਇਹ ਐਲਾਨ ਵੀ ਕਰ ਦਿੱਤੇ ਗਏ ਨੇ ਕਿ ਚਾਹੇ ਕਿੰਨੇ ਮਹੀਨੇ ਬੀਤ ਜਾਣ, ਇੱਕ ਸੰਘਰਸ਼ ਉਸੇ ਤਰ੍ਹਾਂ ਚੱਲਦਾ ਰਹੇਗਾ ਜਦੋਂ ਤੱਕ ਸਰਕਾਰ ਗੱਲ ਨਹੀਂ ਮੰਨੇਗੀ। ਅਤੇ ਹਜੇ ਤੱਕ ਸਰਕਾਰ ਨੇ ਕੋਈ ਗੱਲ ਅੰਨੇ ਬੰਨੇ ਨਹੀਂ ਲਾਈ, ਹਜੇ ਇਹੀ ਨਹੀਂ ਪਤਾ ਲੱਗ ਰਿਹਾ ਕਿ ਕਦੋਂ ਕਿਸਾਨ ਆਪਣੀ ਇਸ ਲੜਾਈ ਨੂੰ ਜਿੱਤਣਗੇ, ਕਦੋਂ ਉਹਨਾਂ ਨੂੰ ਉਹਨਾਂ ਦੇ ਹੱਕ ਮਿਲਣਗੇ। ਕਿਸਾਨੀ ਅੰਦੋਲਨ ਉਸੇ ਤਰ੍ਹਾਂ ਚੱਲ ਰਿਹਾ ਹੈ ਪਰ ਹਜੇ ਤੱਕ ਵੀ ਕਿਸੇ ਨੂੰ ਇਨਸਾਫ ਨਹੀਂ ਮਿਲਿਆ। ਅਤੇ ਇਸੇ ਦੇ ਦੌਰਾਨ ਇੱਕ ਬਹੁਤ ਹੀ ਅਹਿਮ ਖਬਰ ਅਤੇ ਇਸ ਨੂੰ ਮੰਦਭਾਗੀ ਖਬਰ, ਦਰਦਨਾਕ ਘਟਨਾ ਵੀ ਕਹਿ ਸਕਦੇ ਹਾਂ, ਜਿਹਦੇ ਨਾਲ ਦੇਸ਼ ਦੀ ਪੁਲਿਸ, ਦੇਸ਼ ਦੀ ਸਰਕਾਰ ਦਾ ਅਸਲੀ ਚਿਹਰਾ ਵੀ ਸਾਹਮਣੇ ਆਉਂਦਾ ਹੈ ਕਿ ਪੁਲਿਸ ਕਿੱਥੋਂ ਤੱਕ ਜਾ ਸਕਦੀ ਹੈ। ਜਿਹੜੀ ਘਟਨਾ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ, ਜਾਂ ਜੋ ਇੱਕ ਇਸ ਨੂੰ ਕਹਾਣੀ ਮੰਨ ਲਓ ਜਾਂ ਖਬਰ ਮੰਨ ਲਓ ਕਿ ਇਹ ਚੀਜ਼ਾਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਹਾਂ, ਇਹੋ ਜਿਹੀਆਂ ਕਹਾਣੀਆਂ ਨੂੰ ਸੁਣਦੇ ਹਾਂ ਦੇਖਦੇ ਹਾਂ, ਪਰ ਇਹ ਅਸਲੀਅਤ ਆ। ਕਿਸਾਨੀ ਅੰਦੋਲਨ ਦੇ ਚੱਲਦੇ ਹੋਏ ਜਿੱਥੇ ਦੇਸ਼ ਦਾ ਕਿਸਾਨ ਬਹੁਤ ਜ਼ਿਆਦਾ ਸਫ਼ਰ ਕਰ ਰਿਹਾ ਹੈ, ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ, ਉੱਥੇ ਹੀ ਇੱਕ ਪੰਜਾਬ ਦੀ ਧੀ ਜੀ ਦਾ ਨਾਮ ਨੌਦੀਪ ਕੌਰ ਹੈ, ਇਸ ਵੇਲੇ ਉਹ ਜੇਲ੍ਹ ਦੇ ਵਿੱਚ ਆ, ਹਰਿਆਣਾ ਪੁਲਿਸ ਦੀ ਕਸਟਡੀ ਦੇ ਵਿੱਚ ਆ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਉਹ ਜੇਲ੍ਹ ਦੇ ਵਿੱਚ ਆ, ਜਿਸ ਨੂੰ ਹਜੇ ਤੱਕ ਬੇਲ ਨਹੀਂ ਮਿਲੀ, ਜਿਸ ਨੂੰ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਦੂਰ ਦੂਰ ਤੱਕ। ਅਤੇ ਉਸ ਬੱਚੀ, ਉਸ ਧੀ ਦੇ ਵਾਸਤੇ ਕਿਸਾਨ ਜਥੇਬੰਦੀਆਂ, ਕਿਸਾਨ ਸੰਗਠਨ ਦੇ ਆਗੂਆਂ ਦੇ ਵੱਲੋਂ ਵੀ ਹਜੇ ਤੱਕ ਆਵਾਜ਼ ਨਹੀਂ ਚੁੱਕੀ ਗਈ, ਜਿਹੜੇ ਕਿਸਾਨਾਂ ਦੀ, ਮਜ਼ਦੂਰਾਂ ਦੀ ਗੱਲ ਕਰਦੇ ਨੇ। ਅਤੇ ਇਸ ਧੀ ਦੇ ਬਾਰੇ ਆਪਾਂ ਤੁਹਾਨੂੰ ਅੱਜ ਦੱਸਣ ਜਾ ਰਹੇ ਹਾਂ, ਕਿਉਂਕਿ ਇਹਦੇ ਜਿਹੜੀ ਹੱਕ ਦੇ ਵਿੱਚ ਆਵਾਜ਼ ਉਠਾਉਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ। ਗੱਲ ਆਪਾਂ ਕਰ ਰਹੇ ਹਾਂ ਪੰਜਾਬ ਦੀ ਧੀ ਨੌਦੀਪ, ਜੋ ਕਿ ਮੁਕਤਸਰ ਦੀ ਰਹਿਣ ਵਾਲੀ ਹੈ, ਜਿਸ ਨੂੰ ਬੀਤੀ 12 ਜਨਵਰੀ ਨੂੰ ਹਰਿਆਣਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਅੱਜ 7 ਫਰਵਰੀ ਹੋ ਚੁੱਕੀ ਹੈ ਪਰ ਕੋਈ ਅਤਾ ਪਤਾ ਨਹੀਂ ਹੈ ਉਸ ਨੂੰ ਕਦੋਂ ਇਨਸਾਫ ਮਿਲੇਗਾ। ਨੌਦੀਪ ਕੌਣ ਸੀ? ਇੱਕ ਮੁਕਤਸਰ ਦੀ ਧੀ ਸੀ, ਮਜ਼ਦੂਰ ਵਰਗ ਦੇ ਨਾਲ ਸੰਬੰਧ ਰੱਖਦੀ ਸੀ, ਮਾਤਾ ਪਿਤਾ ਦੇ ਕੋਲ, ਉਸਦੇ ਪਰਿਵਾਰ ਦੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਆ। ਅਤੇ ਉਹ ਬੱਚੀ ਜਿਹਨੇ ਕਿ 12ਵੀਂ ਕੀਤੀ ਸੀ, ਉਹਦੇ ਤੋਂ ਬਾਅਦ ਉਹ ਪੜ੍ਹਨਾ ਚਾਹੁੰਦੀ ਸੀ, ਦਿੱਲੀ ਦੇ ਵਿੱਚ ਉਹ ਜਾ ਕੇ ਆਪਣੀ ਪੜ੍ਹਾਈ ਕਰਨ ਲੱਗੀ, ਪਰ ਪੜ੍ਹਾਈ ਦੇ ਨਾਲ ਨਾਲ ਉਸਨੇ ਆਪਣੇ ਖਰਚੇ ਵੀ ਕੱਢਣੇ ਸੀ। ਸੋ ਉਹ ਦਿੱਲੀ ਦੇ ਇੱਕ ਫੈਕਟਰੀ ਜਾਂ ਕਾਰਖਾਨੇ ਦੇ ਵਿੱਚ ਪਾਰਟ ਟਾਈਮ ਜੋਬ ਕਰਨ ਲੱਗੀ। ਉੱਥੇ ਨੌਕਰੀ ਕਰਦੀ ਕਰਦੀ ਨੇ ਇਹ ਮਹਿਸੂਸ ਕੀਤਾ ਕਿ ਉਹਨਾਂ, ਉਸ ਫੈਕਟਰੀ ਦੇ ਮਾਲਕਾਂ ਦੇ ਵੱਲੋਂ ਮਜ਼ਦੂਰਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਜਾ ਰਿਹਾ ਹੈ, ਉਹਨਾਂ ਨੂੰ ਉਹਨਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ, ਮਜ਼ਦੂਰਾਂ ਦੇ ਹੱਕ ਜਿਹੜੇ ਆ ਉਹ ਮਾਰੇ ਜਾ ਰਹੇ ਨੇ। ਸੋ ਉਸਨੇ ਉਹਨਾਂ ਮਜ਼ਦੂਰਾਂ ਦੇ ਹੱਕਾਂ ਦੇ ਵਾਸਤੇ ਅਤੇ ਉਸ ਫੈਕਟਰੀ ਦੇ ਮਾਲਕਾਂ ਦੇ ਖਿਲਾਫ ਆਵਾਜ਼ ਚੁੱਕਣੀ ਸ਼ੁਰੂ ਕੀਤੀ। ਜੇਕਰ ਆਪਾਂ ਉਸਦੀ ਭੈਣ ਦੀ ਸੁਣੀਏ, ਜਿਸ ਨੇ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਕੀਤੀ, ਤਾਂ ਰਾਜਦੀਪ ਕੌਰ ਦਾ ਕਹਿਣਾ ਹੈ ਕਿ ਉਸਦੀ ਭੈਣ ਨੌਦੀਪ ਕੌਰ, ਜੋ ਕਿ ਮਜ਼ਦੂਰਾਂ ਦੇ ਹੱਕਾਂ ਦੇ ਵਾਸਤੇ ਉਸਨੇ ਪ੍ਰੋਟੈਸਟ ਸ਼ੁਰੂ ਕੀਤਾ ਸੀ, ਧਰਨੇ 'ਤੇ ਬੈਠ ਗਈ ਸੀ ਕੁੰਡਲੀ ਬਾਰਡਰ 'ਤੇ ਜਦੋਂ ਕਿ ਕਿਸਾਨੀ ਅੰਦੋਲਨ ਵੀ ਚੱਲ ਰਿਹਾ ਸੀ, ਤਾਂ ਉਹ ਗੱਲ ਕਰ ਰਹੀ ਸੀ ਕਿ ਮਜ਼ਦੂਰਾਂ ਨੂੰ ਉਹਨਾਂ ਦੇ ਵੇਜਸ, ਉਹਨਾਂ ਦੇ ਭੱਤੇ ਦਿੱਤੇ ਜਾਣ, ਉਹਨਾਂ ਦੇ ਹੱਕਾਂ ਦੀ ਗੱਲ ਕਰ ਰਹੀ ਸੀ। ਧਰਨੇ 'ਤੇ ਬੈਠੇ ਬੈਠੇ ਉਸ ਨੂੰ ਹਰਿਆਣਾ ਦੀ ਪੁਲਿਸ ਗ੍ਰਿਫਤਾਰ ਕਰਨ ਵਾਸਤੇ ਆਈ, ਉੱਥੇ ਜਿੰਨੇ ਇਕੱਠ ਦੇ ਵਿੱਚ ਜਿੰਨੇ ਲੋਕ ਮੌਜੂਦ ਸੀ ਉਹਨਾਂ ਦੇ ਸਾਹਮਣੇ ਗ੍ਰਿਫਤਾਰ ਕਰਨ ਤੋਂ ਪਹਿਲਾਂ ਉਸ ਬੱਚੀ ਨੂੰ ਬੁਰੀ ਤਰ੍ਹਾਂ ਕੁੱਟਿਆ ਵੀ ਗਿਆ। ਉਹਦੇ ਤੋਂ ਬਾਅਦ ਉਸਨੂੰ ਕਰਨਾਲ ਜੇਲ੍ਹ ਦੇ ਵਿੱਚ ਲਿਜਾਇਆ ਗਿਆ, ਜਿੱਥੇ ਜਾ ਕੇ ਦੁਬਾਰਾ ਤੋਂ ਉਸ ਬੱਚੀ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੁੱਟਿਆ ਗਿਆ। ਉਹ ਵੀ ਮਰਦ ਜਿਹੜੇ ਸੀਗੇ, ਕੋਈ ਔਰਤਾਂ ਦੀ ਜਿਹੜੀ ਟੀਮ ਨਹੀਂ ਸੀ ਪੁਲਿਸ ਦੇ ਵਿੱਚ, ਉਸਨੂੰ ਪੁਲਿਸ ਕਸਟਡੀ ਦੇ ਵਿੱਚ ਵੀ ਉਸਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਅਤੇ ਉਸਦੀ ਭੈਣ ਨੇ ਬਹੁਤ ਇਲਜ਼ਾਮ ਲਗਾਏ ਨੇ। ਅਤੇ ਆਪਾਂ ਇੱਕ ਗੱਲ ਕਰੀਏ ਦ ਵਾਇਰ ਨਿਊਜ਼ਪੇਪਰ ਦੀ, ਤਾਂ ਉਹਦੇ ਵਿੱਚ ਵੀ ਇਹ ਖੁਲਾਸਾ ਹੋਇਆ ਹੈ ਕਿ ਨੌਦੀਪ ਕੌਰ ਦਾ ਜਦੋਂ ਮੈਡੀਕਲ ਟੈਸਟ ਕੀਤਾ ਗਿਆ ਤਾਂ ਉਸਦੇ ਵਕੀਲ ਨੇ ਇਹ ਖੁਲਾਸੇ ਕੀਤੇ ਆ ਕਿ ਪੁਲਿਸ ਕਸਟਡੀ ਦੇ ਵਿੱਚ ਉਸਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ, ਉਸਦੇ ਸਰੀਰ ਉੱਤੇ ਜ਼ਖਮਾਂ ਦੇ ਨਿਸ਼ਾਨ ਸਾਹਮਣੇ ਆਏ, ਇੱਥੋਂ ਤੱਕ ਕਿ ਜਿਹੜੇ ਗੁਪਤ ਅੰਗ ਆ ਉੱਥੇ ਵੀ ਉਹਦੇ ਜ਼ਖਮਾਂ ਦੇ ਨਿਸ਼ਾਨ ਜਿਹੜੇ ਆ ਸਾਹਮਣੇ ਆਏ ਨੇ, ਕਿ ਪੁਲਿਸ ਦੇ ਵੱਲੋਂ ਉਸਨੂੰ ਸੈਕਸ਼ੂਅਲੀ ਵੀ ਬਹੁਤ ਜ਼ਿਆਦਾ ਟੌਰਚਰ ਕੀਤਾ ਗਿਆ ਹੈ, ਮੈਂਟਲੀ ਵੀ ਟੌਰਚਰ ਕੀਤਾ ਗਿਆ ਹੈ, ਬੁਰੀ ਤਰ੍ਹਾਂ ਉਸਨੂੰ ਕੁੱਟਿਆ ਪਿੱਟਿਆ ਗਿਆ ਹੈ। ਅਤੇ ਇਹਦੇ ਤੋਂ ਬਾਅਦ ਵੀ ਹਜੇ ਤੱਕ ਵੀ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਉਸਦਾ ਕੋਈ ਵੀ ਇਨਸਾਫ ਨਹੀਂ ਮਿਲਿਆ, ਇੱਥੋਂ ਤੱਕ ਕਿ ਪੁਲਿਸ ਨੇ
ਅਜਿਹੀਆਂ ਧਾਰਾਵਾਂ ਲਾ ਕੇ ਉਹਦੇ ਉੱਤੇ ਕੇਸ ਦਰਜ ਕੀਤਾ ਹੈ ਕਿ ਉਸ ਨੂੰ ਬੇਲ ਉਸ ਨੂੰ ਜ਼ਮਾਨਤ ਨਹੀਂ ਮਿਲ ਸਕਦੀ। ਉੱਥੋਂ ਫਿਰ ਜਿਹੜੀ ਉਸਦੇ ਪਰਿਵਾਰ ਦੀ ਹਾਲਤ ਹੈ, ਆਰਥਿਕ ਹਾਲਤ ਉਹ ਕੁਛ ਚੰਗੀ ਨਹੀਂ ਹੈ। ਪਰਿਵਾਰ ਜਿਹੜਾ ਆ ਉਹ ਸਿਰਫ ਇੱਕ ਰਹਿਮੋ ਕਰਮ 'ਤੇ ਹੈ, ਜਾਂ ਫਿਰ ਕੋਈ ਜਥੇਬੰਦੀਆਂ ਅੱਗੇ ਆਉਣ ਕਿ ਉਹਨਾਂ ਦੀ ਬੱਚੀ ਨੂੰ ਇਨਸਾਫ ਦਵਾਇਆ ਜਾ ਸਕੇ, ਉਹਨਾਂ ਦੀ ਬੱਚੀ ਨੂੰ ਪੁਲਿਸ ਕਸਟਡੀ ਦੇ ਵਿੱਚੋਂ ਬਾਹਰ ਲਿਆਂਦਾ ਜਾ ਸਕੇ। ਤੁਹਾਨੂੰ ਦੱਸ ਦਈਏ ਕਿ ਇਸ ਇਹ ਜਿਹੜਾ ਇੱਕ ਬਹੁਤ ਹੀ ਅਹਿਮ ਮੁੱਦਾ ਆ ਕਿ ਪੁਲਿਸ ਨੇ ਨੌਦੀਪ ਕੌਰ ਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ ਆ, ਜਿਹਦੇ 'ਤੇ ਕੋਈ ਵੀ ਹਜੇ ਤੱਕ ਉਸ ਦਾ ਇਨਸਾਫ ਨਹੀਂ ਮਿਲਿਆ। ਅਤੇ ਇਸ ਸੰਬੰਧ ਦੇ ਵਿੱਚ ਹੁਣ ਤੱਕ ਜਥੇਬੰਦੀਆਂ ਕੁਛ ਨਹੀਂ ਬੋਲੀਆਂ, ਪਰ ਵਿਦੇਸ਼ੀ ਲੋਕਾਂ ਨੇ ਵੀ ਆਵਾਜ਼ ਉਠਾਈ ਹੈ। ਅਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਵੀ ਇਸ ਸੰਬੰਧ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ, ਜਿੱਥੋਂ ਦੀ ਜੇਲ੍ਹ ਦੇ ਵਿੱਚ ਨੌਦੀਪ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ, ਮਨੋਹਰ ਲਾਲ ਖੱਟਰ ਨੂੰ ਇੱਕ ਚਿੱਠੀ ਲਿਖੀ ਹੈ ਕਿ ਨੌਦੀਪ ਕੌਰ ਨੂੰ ਰਿਹਾਅ ਕੀਤਾ ਜਾ ਸਕੇ। ਉਹਦੇ ਉੱਤੇ ਜੋ ਵੀ ਕੇਸ ਦਰਜ ਕੀਤੇ ਗਏ ਨੇ, ਜਿਹੜੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤੇ ਗਏ ਨੇ, ਉਹ ਸਭ ਕੁਛ ਝੂਠ ਆ। ਅਤੇ ਇਸ ਸੰਬੰਧ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਮਾਮਲੇ ਨੂੰ ਉਠਾਉਂਦੇ ਹੋਏ ਲੋਕਾਂ ਨੂੰ ਵੀ ਅਪੀਲ ਕੀਤੀ ਹੈ, ਭਾਵੇਂ ਕਿ ਜਥੇਬੰਦੀਆਂ ਜਾਂ ਫਿਰ ਮੀਡੀਆ ਦੇ ਵਿੱਚ ਇਸ ਗੱਲ ਨੂੰ ਨਹੀਂ ਉਭਾਰਿਆ ਜਾ ਰਿਹਾ ਕਿ ਨੌਦੀਪ ਨੂੰ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ, ਉਹ ਪੁਲਿਸ ਕਸਟਡੀ ਦੇ ਵਿੱਚ ਹੈ। ਸੋਸ਼ਲ ਮੀਡੀਆ ਉੱਤੇ ਜ਼ਰੂਰ ਇਹ ਜਿਹੜਾ ਮੁੱਦਾ ਆ ਜ਼ੋਰ ਸ਼ੋਰ ਦੇ ਨਾਲ ਚੱਲ ਰਿਹਾ ਹੈ। ਸੋ ਮਨਜੀਤ ਸਿੰਘ ਜੀਕੇ ਨੇ ਵੀ ਇਸ ਮਾਮਲੇ ਨੂੰ ਉਠਾਉਂਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨੌਦੀਪ ਕੌਰ ਦੀ ਰਿਹਾਈ ਵਾਸਤੇ ਸੋਸ਼ਲ ਮੀਡੀਆ ਉੱਤੇ ਚੱਲ ਰਹੀ ਕੈਂਪੇਨ ਹੈਸ਼ਟੈਗ ਰਿਲੀਜ਼ ਨੌਦੀਪ ਕੌਰ ਦਾ ਹਿੱਸਾ ਬਣਨਾ ਚਾਹੀਦਾ ਹੈ, ਤਾਂ ਕਿ ਗਰੀਬਾਂ ਦੇ ਹੱਕਾਂ ਵਾਸਤੇ ਲੜ ਰਹੀ ਬੱਚੀ ਨੌਦੀਪ ਕੌਰ, ਜੋ ਕਿ ਪੰਜਾਬ ਦੀ ਧੀ ਹੈ, ਮੁਕਤਸਰ ਦੀ ਰਹਿਣ ਵਾਲੀ, ਉਸ ਨੂੰ ਨਿਆਂ ਦਵਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਇਸ਼ੂ ਮੈਂ 3 ਫਰਵਰੀ ਨੂੰ ਚੁੱਕਿਆ ਸੀ ਨੌਦੀਪ ਕੌਰ ਜਿਹੜੀ ਮੁਕਤਸਰ ਦੀ ਰਹਿਣ ਵਾਲੀ ਹੈ, ਕਿ ਜਿਹੜੀ ਪਿਛਲੇ ਮਹੀਨੇ ਦੀ 12 ਤਰੀਕ ਤੋਂ ਜਨਵਰੀ ਤੋਂ ਅਰੈਸਟ ਹੈਗੀ ਹੈ, ਉਸ ਨੂੰ ਪੁਲਿਸ ਕੁੱਟਦੀ ਹੈ। ਉਸ ਨੂੰ ਜਿਹੜੀ ਕੁੰਡਲੀ ਇੰਡਸਟਰੀਅਲ ਐਸੋਸੀਏਸ਼ਨ ਦੇ ਬਾਉਂਸਰ ਕੁੱਟਦੇ ਨੇ। ਕਿਉਂ ਕੁੱਟਦੇ ਨੇ? ਕਿਉਂਕਿ ਉਹ ਲੜਦੀ ਹੈ ਮਿਨੀਮਮ ਵੇਜਿਸ ਵਾਸਤੇ ਮਜ਼ਦੂਰਾਂ ਨੂੰ ਦਵਾਉਣ ਲਈ। ਮੌਕਾ ਲੱਗਿਆ, ਉਹਨਾਂ ਨੇ ਇਸ ਤੇ ਕੇਸ ਫਾਰਮਰਸ ਦੇ ਨਾਲ ਜੋੜ ਕੇ ਪਵਾ ਦਿੱਤਾ, ਉਸ ਤੇ ਕਈ ਦਫਾਵਾਂ ਲਵਾਈਆਂ ਗਈਆਂ ਔਰ ਉਸਦੀ ਬੇਲ ਪਹਿਲੇ ਐਮਐਮ ਫਿਰ ਸੈਸ਼ਨ ਤੋਂ ਰਿਜੈਕਟ ਹੋਈ। ਜਦੋਂ ਮੈਂ ਇਸ਼ੂ ਚੁੱਕਿਆ, ਮੈਂ ਚਿੱਠੀ ਲਿਖੀ ਸੀਐਮ ਔਰ ਥਾਵਰ ਚੰਦ ਗਹਿਲੋਤ, ਜਿਹੜੇ ਸੈਂਟਰਲ ਮਿਨਿਸਟਰ ਨੇ ਹਰਿਆਣੇ ਦੇ ਸੀਐਮ ਨੂੰ, ਔਰ ਸੈਂਟਰਲ ਮਿਨਿਸਟਰ ਦੇ ਅੱਗੇ ਮੈਂ ਕੇਸ ਚੁੱਕਿਆ ਸੋਸ਼ਲ ਜਸਟਿਸ ਵਾਲਿਆਂ ਦੇ। ਅਫਸੋਸ ਦੀ ਗੱਲ ਇਹ, ਕੋਈ ਜਥੇਬੰਦੀ ਨਹੀਂ ਬੋਲਦੀ ਪਈ, ਕੋਈ ਐਨਜੀਓ ਨਹੀਂ ਬੋਲਦਾ ਪਿਆ, ਕੋਈ ਹਿਊਮਨ ਰਾਈਟਸ ਵਾਲੇ ਨਹੀਂ ਬੋਲਦੇ ਪਏ। ਹਜ਼ਾਰਾਂ ਮੀਲਾਂ ਦੂਰ 7 ਸਮੁੰਦਰ ਪਾਰ ਤੋਂ ਮੀਨਾ ਹੈਰਿਸ, ਜਿਹੜੀ ਨੀਸ ਲੱਗਦੀ ਹੈ ਕਮਲਾ ਹੈਰਿਸ ਦੀ, ਵਾਈਸ ਪ੍ਰੈਜੀਡੈਂਟ ਦੀ, ਉਸਨੇ ਇਸ ਨੂੰ ਇਸ਼ੂ ਨੂੰ ਅੱਜ ਚੁੱਕਿਆ ਇੰਨੇ ਦਿਨਾਂ ਬਾਅਦ। ਔਰ ਵੱਡੀ ਗੱਲ ਕੀ ਹੈ, ਮੈਨੂੰ ਜਿੱਥੇ ਜ਼ਿਆਦਾ ਅਫਸੋਸ ਹੋ ਰਿਹਾ ਉਹ ਇਹ ਹੈ ਕਿ ਉਹ ਲਿਖ ਰਹੀ ਹੈ ਕਿ ਉਸਨੂੰ ਸੈਕਸ਼ੂਅਲੀ ਅਸੋਲਟ ਕੀਤਾ ਗਿਆ ਪੁਲਿਸ ਕਸਟਡੀ ਦੇ ਵਿੱਚ। ਇਸ ਤੋਂ ਵੱਡਾ ਧੱਕਾ ਕੀ ਹੋ ਸਕਦਾ? ਮੈਂ ਇਹ ਪੁੱਛਣਾ ਚਾਹੁੰਦਾ ਵਾਂ ਕਿ ਇਹ ਇਸ਼ੂ ਨੂੰ ਕੌਣ ਚੁੱਕੇਗਾ? ਅੱਜ ਇੱਕ ਟਵਿੱਟਰ ਦੇ ਉੱਤੇ ਕੈਂਪੇਨ ਚੱਲਦੀ ਪਈ ਹੈ ਹੈਸ਼ਟੈਗ ਰਿਲੀਜ਼ ਨੌਦੀਪ ਕੌਰ, ਜਿਹਦਾ ਮੈਂ ਵੀ ਇੱਕ ਹਿੱਸਾ ਹੈਗਾ ਵਾਂ। ਮੈਂ ਸਮਝਦਾ ਕਿ ਇਸ ਮੁਹਿੰਮ ਦੇ ਤੁਸੀਂ ਹਿੱਸਾ ਬਣੋ ਔਰ ਜਿੰਨਾ ਰੀਟਵੀਟ ਕਰ ਸਕਦੇ ਹੋ ਤੁਸੀਂ ਇਸ ਨੂੰ ਰੀਟਵੀਟ ਕੀਤਾ ਜਾਵੇ ਔਰ ਇਸ ਨੂੰ ਜਸਟਿਸ ਦਵਾਈਏ। ਔਰ ਜਿਹੜੀ ਸਾਡੀ ਵਕੀਲਾਂ ਦੀ ਸੀਨੀਅਰ ਵਕੀਲਾਂ ਦੀ ਫਟਰਨਿਟੀ ਹੈ ਹਰਿਆਣਾ ਪੰਜਾਬ ਹਾਈ ਕੋਰਟ ਦੇ ਵਿੱਚ, ਉਹਨਾਂ ਨੂੰ ਸਿਓ ਮੋਟੋ ਇਹਦਾ ਕੌਨਸ਼ੀਅਸ ਲੈਣਾ ਚਾਹੀਦਾ ਔਰ ਇਹ ਬੱਚੀ ਛੁੱਟਣੀ ਚਾਹੀਦੀ ਹੈ। ਇਹਦੇ ਵਾਸਤੇ ਜਾਗੋ ਪਾਰਟੀ ਵੱਲੋਂ ਹਰ ਕਿਸਮ ਦੀ ਮਦਦ ਕਰਨ ਨੂੰ ਅਸੀਂ ਤਿਆਰ ਹਾਂ। ਤੇ ਤੁਹਾਨੂੰ ਦੱਸ ਦਈਏ ਕਿ ਟਵਿੱਟਰ ਦੇ ਉੱਤੇ ਹੈਸ਼ਟੈਗ ਸਪੀਕ ਅਪ ਫੋਰ ਨੌਦੀਪ ਚੱਲ ਰਿਹਾ ਹੈ, ਹੈਸ਼ਟੈਗ ਰਿਲੀਜ਼ ਨੌਦੀਪ ਚੱਲ ਰਿਹਾ ਹੈ, ਅਤੇ ਇਹਦੇ ਵਿੱਚੋਂ ਹੈਸ਼ਟੈਗ ਸਪੀਕ ਅਪ ਫੋਰ ਨੌਦੀਪ ਜੋ ਕਿ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ, ਨੰਬਰ 1 ਦੇ ਉੱਤੇ ਹੈ। ਇਹ ਜਿਹੜੀ ਗੱਲ ਹੈ ਪੂਰਾ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਪੁੱਜ ਚੁੱਕੀ ਹੈ। ਅਤੇ ਇਸ ਸੰਬੰਧ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਨੇ ਵੀ ਆਵਾਜ਼ ਉਠਾਈ ਹੈ। ਉਸਨੇ ਬਹੁਤ ਹੀ ਨਾਰਾਜ਼ਗੀ ਜਤਾਉਂਦੇ ਹੋਏ ਲਿਖਿਆ ਹੈ ਕਿ ਨੌਦੀਪ ਕੌਰ, ਜਿਸ ਨੂੰ ਕਿ ਪੁਲਿਸ ਦੇ ਵੱਲੋਂ ਨਾਜਾਇਜ਼ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ, ਉਹਨਾਂ ਨੇ ਇਸ ਸੰਬੰਧ ਦੇ ਵਿੱਚ ਬਾਕਾਇਦਾ ਟਵਿੱਟਰ ਦੇ ਉੱਤੇ ਪੋਸਟ ਵੀ ਪਾਈ ਹੈ ਅਤੇ ਇਸ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਚੁੱਕਿਆ ਹੈ। ਮੀਨਾ ਨੇ ਲਿਖਿਆ ਹੈ ਕਿ 23 ਸਾਲ ਦੀ ਮਜ਼ਦੂਰ ਅਧਿਕਾਰ ਵਰਕਰ ਨੌਦੀਪ ਕੌਰ ਨੂੰ ਗ੍ਰਿਫਤਾਰ ਕਰਕੇ ਉਸ ਨਾਲ ਪੁਲਿਸ ਹਿਰਾਸਤ ਦੇ ਵਿੱਚ ਉਸ ਨੂੰ ਮੈਂਟਲੀ ਟੋਰਚਰ ਕੀਤਾ ਗਿਆ ਹੈ, ਉਸ ਨੂੰ ਸੈਕਸ਼ੂਅਲੀ ਵੀ ਟੋਰਚਰ ਕੀਤਾ ਗਿਆ ਹੈ, ਜਿਨਸੀ ਸ਼ੋਸ਼ਣ ਕੀਤਾ ਗਿਆ, ਉਸ ਉੱਤੇ ਅੱਤਿਆਚਾਰ ਕੀਤੇ ਗਏ ਨੇ 20 ਦਿਨਾਂ ਤੋਂ ਬਿਨਾਂ ਜ਼ਮਾਨਤ 'ਤੇ। ਉਹ ਬੱਚੀ ਹਜੇ ਵੀ ਜੇਲ੍ਹ ਦੇ ਵਿੱਚ ਹੈ। 12 ਜਨਵਰੀ ਨੂੰ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਅਤੇ ਅੱਜ 7 ਫਰਵਰੀ ਹੋ ਚੁੱਕੀ ਹੈ, ਹਜੇ ਤੱਕ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਇਨਸਾਫ ਨਹੀਂ ਮਿਲਿਆ। ਟਵਿੱਟਰ ਦੀ ਆਪਾਂ ਗੱਲ ਕਿਉਂ ਕਰ ਰਹੇ ਹਾਂ? ਕਿਉਂਕਿ ਟਵਿੱਟਰ ਹੀ ਇੱਕ ਅਜਿਹਾ ਮਾਧਿਅਮ ਆ ਜਿਹਦੇ ਰਾਹੀਂ ਕੋਈ ਵੀ ਗੱਲ ਹੈ ਪੂਰੀ ਦੁਨੀਆ ਦੇ ਵਿੱਚ
ਵਿੱਚ ਜਾਂਦੀ ਹੈ, ਅੰਤਰਰਾਸ਼ਟਰੀ ਪੱਧਰ ਉੱਤੇ ਉਸ ਨੂੰ ਚੁੱਕਿਆ ਜਾਂਦਾ ਹੈ। ਸੋ ਟਵਿੱਟਰ ਦੇ ਉੱਤੇ ਇਹ ਜਿਹੜੀ ਕੈਂਪੇਨ ਚੱਲ ਰਹੀ ਹੈ ਹੈਸ਼ਟੈਗ ਸਪੀਕ ਅਪ ਫੋਰ ਨੌਦੀਪ, ਰਿਲੀਜ਼ ਨੌਦੀਪ ਕੌਰ ਅਤੇ ਫਰੀ ਨੌਦੀਪ ਕੌਰ, ਇਹਦਾ ਹਿੱਸਾ ਬਣਿਆ ਜਾਵੇ। ਇਸ ਵਾਸਤੇ ਲੋਕਾਂ ਨੂੰ ਇਸ ਮੁਹਿੰਮ ਦੇ ਨਾਲ ਜੋੜਨ ਦੇ ਵਾਸਤੇ ਵੀ ਅਪੀਲ ਕੀਤੀ ਜਾ ਰਹੀ ਹੈ ਅਤੇ ਉੱਥੇ ਹੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਨਾਰਾਜ਼ਗੀ ਜਤਾਈ ਜਾ ਰਹੀ ਹੈ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਕਿ ਕਿਸੇ ਨੇ ਵੀ ਹਜੇ ਤੱਕ ਨੌਦੀਪ ਦੇ ਉਸ ਨੂੰ ਲੈ ਕੇ ਉਸਦੇ ਹੱਕ ਵਿੱਚ ਆਵਾਜ਼ ਨਹੀਂ ਚੁੱਕੀ। ਸੋ ਇਸ ਮੁੱਦੇ ਨੂੰ ਹੋਰ ਜ਼ਿਆਦਾ ਉਭਾਰਿਆ ਜਾਣਾ ਚਾਹੀਦਾ ਹੈ ਤਾਂ ਕਿ ਜਲਦੀ ਤੋਂ ਜਲਦੀ ਨੌਦੀਪ ਨੂੰ ਇਨਸਾਫ ਮਿਲ ਸਕੇ ਅਤੇ ਉਹ ਜੇਲ੍ਹ ਤੋਂ ਬਾਹਰ ਆ ਸਕੇ।